ਸਤਿ ਸ਼੍ਰੀ ਅਕਾਲ ਜੀ, ਮੈਂ ਜਸਪ੍ਰੀਤ ਕੌਰ ਐਲੀਗੈਂਟ ਬੁਟੀਕ ਦੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡੇ ਲਈ ਅੱਜ ਇੱਕ ਸਪੈਸ਼ਲ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਕਿ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਗੋਲ ਨੈਕ, ਸਕੁਅਰ ਨੈਕ, ਪਾਨ ਨੈਕ, ਕਿਸੇ ਵੀ ਨੈਕ ਦੇ ਉੱਪਰ ਆਪਾਂ ਨੇ ਗੁੰਮ ਲੇਸ ਤੇ ਗੁੰਮ ਪਾਈਪਿੰਗ ਕਿਵੇਂ ਲਗਾਉਣੀ ਹੁੰਦੀ ਆ, ਜਿਹੜੀ ਕਿ ਉੱਪਰ ਰੱਖ ਕੇ ਲਗਾਉਂਦੇ ਆ ਅਗਰ ਤਾਂ ਨੈਕ ਤੇ ਇਚਿੰਗ ਵਗੈਰਾ ਹੁੰਦੀ ਆ ਜਾਂ ਲੇਸ ਥੋੜੀ ਕੋਈ ਥਿੱਕ ਹੁੰਦੀ ਆ ਜਾਂ ਕੁਛ ਵੀ, ਔਰ ਆਪਾਂ ਗੁੰਮ ਦੇ ਵਿੱਚ ਲਗਾਵਾਂਗੇ ਔਰ ਉਹ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਆਉਂਦੀਆਂ ਨੇ। ਤੇ ਆਜੋ ਜੀ, ਅੱਜ ਤੁਹਾਨੂੰ ਆਪਾਂ ਗੁੰਮ ਲੇਸ ਲਾਣੀ ਸਿਖਾਉਂਦੇ ਆ। ਸੋ ਨੈਕ ਦੇ ਆਪਾਂ ਕਾਟਨ ਦੇ ਸੂਟ ਤੇ ਬਣਾ ਰਹੇ ਆ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਨੈਕ ਰੈਡੀ ਕਰ ਲੈਣਾ ਜੀ। ਸੋ ਨੈਕ ਲੈ ਲੈਣਾ ਜਿੰਨਾ ਤੁਸੀਂ ਨੈਕ ਮਤਲਬ ਬਣਾਉਣਾ ਕਸਟਮਰ ਦਾ ਜਿਸ ਦਾ ਵੀ, ਤਾਂ ਨੈਕ ਦੇ ਉੱਪਰ ਕੀ ਕਰਨਾ ਆਪਾਂ ਨੇ ਐਵੇਂ ਕੱਪੜੇ ਦੇ ਉੱਪਰ ਪੇਸਟ ਕਰਕੇ, ਸੋ ਆਪਾਂ ਨੇ ਇਹ ਚੀਜ਼ ਨਾਲ ਨਾਲ ਕਰ ਲੈਣੀ ਹੈ, ਠੀਕ ਹੈ ਜੀ। ਤੇ ਇੱਥੇ ਆਪਾਂ ਨੇ ਸਿਲਾਈ ਲਗਾ ਲਈ ਆ, ਦੇਖੋ ਜੀ, ਠੀਕ ਹੈ। ਆ ਦੇਖੋ, ਇਹ ਆਪਾਂ ਨੇ ਸਿਲਾਈ ਲਗਾ ਰਹੀ ਹੈ। ਤੇ ਹੁਣ ਆਪਾਂ ਜਿਹੜੀ ਸਿਲਾਈ ਲਗਾਵਾਂਗੇ ਜਿਹਦੇ ਨਾਲ ਕਿ ਆਪਣੀ ਲੇਸ ਬਿਲਕੁਲ ਅੱਛੀ ਲੱਗੇ, ਤਾਂ ਆਪਾਂ ਉਹ ਸਿਲਾਈ ਲਗਾਵਾਂਗੇ ਇੱਥੇ। ਸੋ ਹਾਂਜੀ, ਹੁਣ ਆਪਾਂ ਨੇ ਜੋ ਇਹ ਸਿਲਾਈ ਹੈ ਉਹ ਲਗਾ ਲਈ ਹੈ ਜੀ। ਸੋ ਹੁਣ ਆਪਾਂ ਜਿਹੜੀ ਉਹ ਸਿਲਾਈ ਸੀ ਇਹ ਦੇਖ ਸਕਦੇ ਹੋ, ਆਪਾਂ ਨੇ ਉਹ ਲਗਾ ਦਿੱਤੀ ਹੈ ਬਿਲਕੁਲ ਨਾਲ ਨਾਲ ਬੁਕਰਮ ਦੇ ਜਿੱਥੇ ਜਿੱਥੇ ਆਪਾਂ ਨੇ ਨੈਕ ਪੇਸਟ ਕੀਤਾ। ਤੇ ਹੁਣ ਆਪਾਂ ਨੈਕ ਦੀ ਉਲਟੀ ਸਾਈਡ ਕਰਾਂਗੇ ਜੀ, ਠੀਕ ਹੈ। ਉਲਟੀ ਸਾਈਡ ਦੇ ਵਿੱਚ ਹੁਣ ਆਪਾਂ ਲੇਸ ਲੈ ਲੈਂਦੇ ਹਾਂ ਜੀ, ਆਪਾਂ ਕਾਟਨ ਦੀ ਲੇਸ ਲਗਾ ਰਹੇ ਹਾਂ, ਦੇਖ ਸਕਦੇ ਹੋ। ਤੇ ਹੁਣ ਆਪਾਂ ਲੇਸ ਦਾ ਜੋ ਸਿੱਧਾ ਪਾਸਾ ਹੈਗਾ, ਸੋ ਉਹ ਰੱਖਾਂਗੇ ਜਿੱਥੇ ਆਪਾਂ ਨੇ ਸਿਲਾਈ ਲਗਾਈ ਸੀ। ਆਹ ਦੇਖ ਸਕਦੇ ਹੋ, ਜਿੰਨੀ ਆਪਾਂ ਨੇ ਬਾਹਰ ਮਤਲਬ ਦਿਖਾਉਣੀ ਹੈ, ਦੇਖੋ ਜੀ, ਜਿੰਨੀ ਆਪਾਂ ਨੇ ਬਾਹਰ ਦਿਖਾਉਣੀ ਹੈ ਉਹ ਆਪਾਂ ਪੇਸਟ ਕੀਤੇ ਨੈਕ ਵੱਲ ਕੱਢ ਦਾਂਗੇ। ਅਤੇ ਜਿੱਥੇ ਆਪਾਂ ਨੇ ਸਿਲਾਈ ਮੈਂ ਇੱਥੇ ਲਗਾਉਣੀ ਆ, ਤਾਂ ਆਪਾਂ ਜਿਹੜੀ ਸਿਲਾਈ ਆਪਾਂ ਨੀਚੇ ਲਗਾਈ ਹੋਈ ਹੈ, ਸੋ ਉਸ ਸਿਲਾਈ ਦੇ ਉੱਪਰ ਲਗਾ ਦਾਂਗੇ, ਠੀਕ ਹੈ ਜੀ। ਹੁਣ ਆਪਾਂ ਸਿਲਾਈ ਲਗਾ ਲਈਏ। ਬਿਲਕੁਲ ਵੀ ਸਿਲਾਈ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ, ਪ੍ਰੋਪਰ ਜਗ੍ਹਾ 'ਤੇ ਲੱਗਣੀ ਚਾਹੀਦੀ ਆ, ਤਾਂ ਕਿ ਤੁਹਾਡੇ ਨੈਕ ਦੀ ਫਿਨਿਸ਼ਿੰਗ ਪੂਰੀ ਆਵੇ ਜੀ। ਆਪਣੀ ਲੇਸ ਤੁਸੀਂ ਵੇਖ ਸਕਦੇ ਹੋ ਇਹ ਲੱਗ ਗਈ ਆ, ਦੇਖੋ, ਠੀਕ ਹੈ। ਤਾਂ ਹੁਣ ਆਪਾਂ ਇਹਨੂੰ ਸ਼ਰਟ ਦਾ ਪੀਸ ਲੈ ਕੇ, ਦੇਖੋ ਇੱਧਰ ਵੀ ਜੋ ਸਿਲਾਈ ਲੱਗੀ ਆ ਆਪਾਂ ਸਿਲਾਈ ਦੇ ਬਿਲਕੁਲ ਉੱਪਰ ਉੱਪਰ ਲਗਾਈ ਆ, ਦੇਖੋ ਜੀ, ਠੀਕ ਹੈ। ਅਤੇ ਹੁਣ ਆਪਾਂ ਇਹਨੂੰ ਸੂਟ ਦੇ ਸ਼ਰਟ ਦੇ ਫਰੰਟ ਪੀਸ 'ਤੇ ਆਪਾਂ ਇਹਨੂੰ ਪੇਸਟ ਕਰਾਂਗੇ। ਆਪਾਂ ਨੇ ਕੱਟ ਲਗਾ ਲਿਆ ਸੈਂਟਰ ਦੇ ਵਿੱਚ, ਹੁਣ ਆਪਾਂ ਸ਼ਰਟ ਦਾ ਸਿੱਧਾ ਪਾਸਾ ਕਰ ਲਾਂਗੇ ਜੀ। ਤੇ ਨਾਲ ਆਪਾਂ ਜੋ ਨੈਕ ਨੂੰ ਹੈ, ਸੋ ਨੈਕ ਨੂੰ ਆਪਾਂ ਇਸ ਤਰੀਕੇ ਦੇ ਨਾਲ ਇਹ ਦੇਖੋ ਇਹ ਰੱਖ ਦੇਣਾ ਜੀ। ਸੋ ਹੁਣ ਆਪਾਂ ਸਿਲਾਈ ਕਰਾਂਗੇ, ਠੀਕ ਹੈ ਜੀ। ਸੋ ਮੈਂ ਪਿਨਅਪ ਨਹੀਂ ਕਰਦੀ, ਬਟ ਕਿਸੇ ਨੂੰ ਅਗਰ ਇਹਦੇ ਵਿੱਚ ਹੁੰਦਾ ਕਿ ਸਾਈਡ ਨੂੰ ਇੱਧਰ ਨਾ ਹੋ ਜਾਵੇ ਜਾਂ ਇੱਧਰ ਨਾ ਹੋ ਜਾਵੇ, ਤਾਂ ਉਹ ਤੁਸੀਂ ਇਹਨੂੰ ਪਿੰਨ ਅਪ ਕਰ ਸਕਦੇ ਹੋ ਇਸ ਪਿੰਸ ਨਾਲ। ਇਹ ਦੇਖੋ ਜੀ, ਸੋ ਇਸ ਪਿੰਸ ਨਾਲ ਆਪਾਂ ਇਹਨੂੰ ਇੱਥੇ ਪਿੰਨ ਅਪ ਕਰ ਲੈਂਦੇ ਹੁੰਦੇ ਹਾਂ। ਸੋ ਸੈਂਟਰ ਦੇ ਵਿੱਚ ਇੱਥੇ ਕਰ ਲੈਂਦੇ ਹੁੰਦੇ ਐਵੇਂ ਪਿੰਨ ਅਪ, ਸੋ ਉਹ ਵੀ ਕਰ ਸਕਦੇ ਹੋ ਜੀ, ਤਾਂ ਕਿ ਤੁਹਾਡਾ ਨੈਕ ਆ ਜੋ ਇੱਧਰ ਉੱਧਰ ਨਹੀਂ ਜਾਊਗਾ ਇਸ ਤਰੀਕੇ ਨਾਲ, ਠੀਕ ਹੈ ਜੀ। ਲਓ ਜੀ, ਹੁਣ ਆਪਾਂ ਸਿਲਾਈ ਕਰ, ਬਹੁਤ ਹੀ ਸੋਹਣੇ ਤਰੀਕੇ ਨਾਲ ਆਪਣੀ ਜੋ ਲੇਸ ਹੈ
लाइन मारन तो बाद आपा पेन निकाल देवांगे जी, कट देवांगे मतलब, ठीक है जी। और ये देख सकते हो, ये देखो बहुत ही सोहने तरीके नाल जो अपनी सिलाई आई है, देखो। हुण मैं थोनू कट करके दी फिनिशिंग दिनी है। नेक दी फिनिशिंग लिए आपां छोटे छोटे कट लगावांगे। देख सकते हो हुण आपां इत्थे लगावांगे सिलाई जिहड़ी कि आपां नेक नूं हुण सिद्धा कर लिया। सो आपां उहदे किनारे ते लगावांगे सिलाई। ये अपना नैक बन के रेडी है। तुम वेख सकते हो किन्नी फिनिशिंग दे नाल सारी लेस बार आई है। और इस साइड तो भी देख सकते हो बिल्कुल गुम दे विच है, ये देखो जी। और बहुत ही सोहनी फिनिशिंग आई है। सो मैं उम्मीद करती हाँ। सो ये तुम नैक वेख ही लिया है कि जेड़ा कि अपने रेडी किया, देखो किन्ने ही सोहनी लुक आई है नैक की। सो इदा दियाँ होर वीडियोज़ वेखन साढ़े चैनल सबसक्राइब कर लेना जी, नाल ही बैल आइकन प्रेस कर लेना। सो जो भी नवी वीडियो आती है तो नोटिफिकेशन पहला मिल जाया करेगी जी। सो थैंक यू सो मच, साड़ी वीडियो शेयर जरूर कर दिए जी। धन्यवाद।